पंजाब दे हर जिले दे विच अज पंजाब रोडवेज कर्मचारियों वालों प्रोटेस्ट किया जा रहा है। 2 घंटे का जाम किया गया अपनी मंगा नूं लैके। अज 2 घंटे यानी कि 10 बजे तो लैके 12 बजे तक यह चक्का जाम रहने वाला। तुहानूं दस दिए कि हालांकि लोगों को खज्जल खुआरी जरूर होने वाली है, लेकिन पनबस ते पंजाब रोडवेज के जिन्हें भी जिहड़े कॉन्ट्रैक्ट वर्करस यूनियन है उन्हां वल्लों ये अज का ऐलान किया गया सीगा। 2 घंटे का किया गया जिहदे विच साफ तौर पर कहा गया कि अपनी डिमांड्स नूं लैके जिहड़े भी कच्चे मुलाजिम है उन्हां दी जिहड़ी डिमांड्स ने काफ़ी लंबे समय तो उन्हां दी जिहड़ी डिमांड्स है उस नूं लैके अज वख-वख जिहड़े जिले है उन्हां दे बस स्टैंड के उत्ते 2 घंटे का जिहड़ा हैगा वह ऐलान किया गया, जिहदे विच ये मोहाली के बस स्टैंड की तस्वीर ने जिथे अज ये जिन्हें भी जिहड़े पनबस के कॉन्ट्रैक्ट कर्मचारी ने पंजाब रोडवेज के जिहड़े कर्मचारी है उन्हां वल्लों अज प्रोटेस्ट किया जा रहा। तुहानूं दस दईए कि लगातार इन्हां दी मीटिंग्स हुई है, लगातार इन्हां दे मीटिंग्स तो बाद कई चीज़ां ते लैके गलबात हुई है, जिहड़े चाहे वह ऑफिसर्स होन चाहे वह मंत्री लैवल होन, लेकिन किसी भी तरह का इन्हां वल्लों कहा गया कि कोई सल्यूशन जिहड़ा वह नहीं लिता गया, जिस करके काफ़ी दिक्कतां जिहड़ी हैं वह सामने आ रही है, जिस करके अज 2 घंटे का जिहड़ा ऐलान है वह किया गया। तो तस्वीरां तुसीं वेख रहे हो, कोशिश करांगे उन्हां नाल गलबात करन दी भी क्योंकि इहदे विच कई चीज़ां नूं लैके जिहड़ी डिमांड्स है उसनूं वेखदे होए अज का जिहड़ा ऐलान किया गया 2 घंटे की जिहड़ी अज की गई है, जिहदे विच दसिया जा रहा है कि होर भी लेकिन अपनी डिमांड्स नूं लैके काम किया जा रहा है। तुहानूं दस दईए कि इहदे विच कई चीज़ों नूं लैके नाल गलबात भी कर दांगे। ਭਾਜੀ ਡਿਮਾਂਡਸ ਕੀ ਨੇ ਅੱਜ ਜਿਹੜਾ 2 ਘੰਟੇ ਦਾ ਐਲਾਨ? ਡਿਮਾਂਡ ਸਾਡੀ ਜੋ ਕਿ ਕੱਚੇ ਕਾਮੇ ਆ ਉਹ ਪੱਕੇ ਕੀਤੇ ਜਾਣ, ਜੋ ਠੇਕੇਦਾਰੀ ਸਿਸਟਮ ਹੈ ਬੰਦ ਕੀਤਾ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ, ਅਤੇ ਪੰਜਾਬ ਰੋਡਵੇਜ਼ ਦੇ ਜੋ ਅਤੇ ਪਨਬਸ ਪੀਆਰਟੀ 10,000 ਬੱਸ ਪਾਈ ਜਾਏ। ਠੀਕ ਹੈ, ਅਤੇ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਕੀਤਾ ਜਾ ਰਿਹਾ। ਭਾਜੀ ਜਿੱਦਾਂ ਤੁਸੀਂ ਪਹਿਲਾਂ ਵੀ ਲਗਾਤਾਰ ਮੀਟਿੰਗਸ ਕੀਤੀ ਹੈ, ਕਿਸੇ ਤਰ੍ਹਾਂ ਦਾ ਕੋਈ ਸਲਿਊਸ਼ਨ, ਕਿਉਂਕਿ ਮੰਤਰੀਆਂ ਦੇ ਨਾਲ ਵੀ ਮੀਟਿੰਗ ਹੋਈ ਹੈ, ਅਧਿਕਾਰੀਆਂ ਦੇ ਨਾਲ ਵੀ ਮੀਟਿੰਗ ਹੋਈ ਹੈ, ਕੋਈ ਸਲਿਊਸ਼ਨ ਨਹੀਂ? ਸਰ, ਅਸੀਂ 1 ਜੁਲਾਈ ਨੂੰ ਭਗਵੰਤ ਮਾਨ ਜੀ ਨਾਲ ਮੀਟਿੰਗ ਕੀਤੀ ਸੀ, ਮੁੱਖ ਮੰਤਰੀ ਜੀ ਨਾਲ। ਉਹਨਾਂ ਨੇ ਸਾਡੀ ਇੱਕ ਕਮੇਟੀ ਬਣਾਈ ਗਈ ਸੀ, 1 ਮਹੀਨੇ ਦੇ ਵਿੱਚ ਸਾਨੂੰ ਭਰੋਸਾ ਦਿੱਤਾ ਸੀਗਾ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਅਸੀਂ ਸਾਰਥਕ ਹੱਲ ਕੱਢ ਕੇ ਕੁਛ ਨਾ ਕੁਛ ਤੁਹਾਡਾ ਕਰਾਂਗੇ, ਪੱਕੇ ਕਰਾਂਗੇ ਜਾਂ ਕਿਸੇ ਤਰਫ ਤੁਹਾਨੂੰ ਲਾਵਾਂਗੇ। ਪਰ 3-4 ਮਹੀਨੇ ਬੀਤ ਜਾਂਦੇ ਉਪਰੰਤ ਵੀ ਉਹਨਾਂ ਨੇ ਨਾ ਤਾਂ ਮੁੜ ਕੇ ਕੋਈ ਉਹ ਕਮੇਟੀ ਨੇ ਹੱਲ ਕੱਢਿਆ ਸਾਡਾ, ਅਤੇ ਅਸੀਂ ਉਹਦੇ ਕਰਕੇ ਬਾਅਦ 'ਚ ਨੋਟਿਸ ਦਿੱਤੇ ਸੀ ਅਤੇ ਸਾਡੇ ਨਾਲ 16 ਅਕਤੂਬਰ ਨੂੰ ਟਰਾਂਸਪੋਰਟ ਮੰਤਰੀ ਜੀ ਨੇ ਫਿਰ ਦੁਬਾਰਾ ਮੀਟਿੰਗ ਕੀਤੀ ਅਤੇ ਉਹਨਾਂ ਨੇ ਸਾਨੂੰ 22 ਤਰੀਕ ਦਾ ਸਮਾਂ ਦਿੱਤਾ ਸੀ, ਸਾਰੇ ਆਪਣੇ ਜੋ ਰੱਖੇ ਹੋਏ ਪ੍ਰੋਗਰਾਮ ਸੀਗੇ ਉਹ ਪੋਸਟਪੋਨ ਕਰ ਦਿੱਤੇ ਸੀਗੇ। ਚਲੋ ਉਹਨਾਂ ਦੇ ਲਾਰੇ ਕਹਿਣ 'ਤੇ ਵੀ ਅਸੀਂ 22 ਤਰੀਕ ਨੂੰ ਤੁਹਾਡਾ ਸਾਰਥਕ ਹੱਲ ਕੱਢਾਂਗੇ। ਪਰ ਕੱਲ੍ਹ ਨੂੰ ਜਦੋਂ ਅਸੀਂ ਮੀਟਿੰਗ ਕਰਨ ਗਏ, ਸਾਨੂੰ ਮੀਟਿੰਗ ਦੇ ਕੇ ਫਿਰ ਟਰਾਂਸਪੋਰਟ ਮੰਤਰੀ ਜਿਹੜੇ ਨੇ ਜਾਂ ਸਰਕਾਰ ਉਹ ਸਾਨੂੰ ਮੀਟਿੰਗ ਦੇ ਕੇ, ਕਈ ਵਾਰ ਭੱਜ ਜਾਂਦੀ ਹੈ, ਕੱਲ੍ਹ ਵੀ ਟਰਾਂਸਪੋਰਟ ਮੰਤਰੀ ਸਾਡੇ ਨਾਲ ਮੀਟਿੰਗ ਨਹੀਂ ਕੀਤੀ, ਉਹ ਸਾਨੂੰ ਜਵਾਬ ਦੇ ਕੇ। ਅੱਜ 2 ਘੰਟੇ ਦਾ ਤੁਸੀਂ ਰੱਖਿਆ ਚੱਕਾ ਜਾਮ? ਅੱਜ ਸਰ 2 ਘੰਟੇ ਦਾ ਚੱਕਾ ਜਾਮ ਕੀਤਾ ਗਿਆ, ਬੱਸ ਅੱਡੇ ਬੰਦ ਕਰਕੇ ਵਿਰੋਧ ਕੀਤਾ ਗਿਆ। ਜੇਕਰ ਸਾਡਾ 29 ਤਰੀਕ ਨੂੰ ਇਹਨਾਂ ਨੇ ਮੀਟਿੰਗ ਦਿੱਤੀ ਆ, ਜੇਕਰ ਉਹਦੇ 'ਚ ਕੋਈ ਸਾਰਥਕ ਹੱਲ ਨਾ ਕੱਢਿਆ ਗਿਆ ਤਾਂ ਆਉਣ ਵਾਲੀ ਜਿਹੜੀ ਦੀਵਾਲੀ ਆ ਅਸੀਂ ਉਹ ਕਾਲੀ ਦੀਵਾਲੀ ਮਨਾਵਾਂਗੇ, ਸਰਕਾਰ ਦਾ ਵਿਰੋਧ ਕਰਾਂਗੇ ਕਾਲੀਆਂ ਝੰਡੀਆਂ ਲਾ ਕੇ। ਅਤੇ ਜੇਕਰ ਫਿਰ ਵੀ ਸਾਡਾ ਨਾ ਕੋਈ ਹੱਲ ਕੱਢਿਆ ਗਿਆ ਤਾਂ ਅਸੀਂ 3 ਤਰੀਕ ਨੂੰ ਜਿੱਥੇ ਇਹਨਾਂ ਦੀਆਂ ਚੋਣਾਂ ਨੇ ਉੱਥੇ 3 ਤਰੀਕ ਨੂੰ ਅਤੇ 9 ਤਰੀਕ ਨੂੰ ਜਾ ਕੇ ਇਹਨਾਂ ਦਾ ਇਹਦਾ ਅਸਰ ਦੇਖਣ ਨੂੰ ਮਿਲ ਰਿਹਾ ਕਿਉਂਕਿ ਪ੍ਰਾਈਵੇਟ ਬੱਸਿਸ ਜਾਂ ਹੋਰ ਵੀ ਬੱਸਿਸ ਜਿਹੜੀਆਂ ਉਹ ਤਾਂ ਚੱਲ ਹੀ ਰਹੀਆਂ। ਪ੍ਰਾਈਵੇਟ ਚਲੋ ਅਧਾਰਾ ਉਹਨਾਂ ਦਾ ਆਪਣਾ ਹੀ, ਉਹਨੂੰ ਤਾਂ ਅਸੀਂ ਆਪਾਂ ਰੋਕ ਨਹੀਂ ਨਾ ਸਕਦੇ ਕਿਉਂਕਿ ਸਾਡੀਆਂ ਸਰਕਾਰ ਪ੍ਰਤੀ ਮੰਗਾਂ ਨੇ, ਆਪਾਂ ਜਨਤਾ ਨੂੰ ਵੀ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਇਸ ਕਰਕੇ ਪ੍ਰਾਈਵੇਟ ਇੱਕ ਅਲੱਗ ਮੈਟਰ ਹੈ ਸਾਡਾ, ਜਿਹੜੀਆਂ ਸਾਡੀਆਂ ਮੇਨ ਮੰਗਾਂ ਨੇ ਸਰਕਾਰ ਸਾਡਾ ਉਹਦਾ ਹੱਲ ਕਰਦੇ ਅਸੀਂ ਹੜਤਾਲ। ਟੋਟਲ ਤੁਹਾਡੇ ਜਿਹੜੇ ਕੰਟਰੈਕਟ ਯੂਨੀਅਨ, ਸਾਡੇ ਟੋਟਲ ਜਿਹੜੀਆਂ ਯੂਨੀਅਨ ਦੇ ਟੋਟਲ ਮੁਲਾਜ਼ਮ ਹੋਣਗੇ 7,000 ਦੇ ਕਰੀਬ ਹੈ ਜੀ, ਦੋਨਾਂ PRTC ਤੇ ਪੰਜਾਬ ਰੋਡਵੇਜ਼ ਦੇ ਇਕੱਠੇ। ਠੀਕ ਹੈ, ਅਤੇ ਇਹਨਾਂ ਵੱਲੋਂ ਜਿਹੜਾ ਕੀਤਾ ਗਿਆ ਪ੍ਰੋਟੈਸਟ ਵਗੈਰਾ, ਔਰ ਇਹਨਾਂ ਦਾ ਸਾਫ ਤੌਰ 'ਤੇ ਕਹਿਣਾ ਕਿ ਜਿਹੜੀ ਲਗਾਤਾਰ ਮੀਟਿੰਗਸ ਕੀਤੀ ਗਈ ਸੀ ਲੇਕਿਨ ਮੀਟਿੰਗ 'ਚ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਨਿਕਲਿਆ। ਕੱਲ੍ਹ ਦੀ ਮੀਟਿੰਗ ਸੱਦੀ ਗਈ ਸੀ ਲੇਕਿਨ ਕੱਲ੍ਹ ਵੀ ਮੀਟਿੰਗ ਨਹੀਂ ਕੀਤੀ ਗਈ, ਜਿਸ ਕਰਕੇ ਅੱਜ ਰੋਸ਼ ਜ਼ਰੂਰ ਵੇਖਣ ਨੂੰ ਮਿਲ ਰਿਹਾ। ਦੂਜੇ ਪਾਸੇ ਜਿਹੜੇ ਲੋਕ ਨੇ ਉਹਨਾਂ ਦੀ ਵੀ ਖੱਜਲ ਖਵਾਰੀ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ, ਜਿਹੜੇ ਪੰਜਾਬ ਰੋਡਵੇਜ਼ ਜਾਂ ਪਨਬਸ 'ਚ ਆਉਂਦੇ ਜਾਂਦੇ, ਬਾਹਰ ਜਿਹੜਾ ਆਉਣਾ ਹੈ ਕਿਸੇ ਨੇ ਜਾਣਾ, ਉਸ ਨੂੰ ਲੈ ਕੇ ਵੀ ਜਿਹੜੇ ਲੋਕ ਨੇ ਉਹ ਵੀ ਪਰੇਸ਼ਾਨ ਹੈ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲਾਂਗੇ ਕਿਉਂਕਿ ਹਾਲਾਂਕਿ ਦੂਜੀ ਬੱਸੀ ਚੱਲ ਰਹੀ ਹੈ, ਪ੍ਰਾਈਵੇਟ ਬੱਸਿਸ ਦੀ ਅਸੀਂ ਗੱਲ ਕਰੀਏ ਜਾਂ ਫਿਰ CTO ਦੀ, ਸਿਰਫ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਜਿਹੜੇ ਕੰਟਰੈਕਟ ਵਰਕਰਸ ਨੇ ਉਹਨਾਂ ਵੱਲੋਂ 2 ਘੰਟੇ ਦਾ ਅੱਜ ਜਾਮ ਲਾਇਆ, 10 ਵਜੇ ਤੋਂ ਲੈ ਕੇ 12 ਵਜੇ ਤੱਕ। ਹਾਲਾਂਕਿ ਅੱਜ ਜ਼ਰੂਰ ਬਾਹਰ ਦੀ ਜਿਹੜੀ ਬਿਲਕੁਲ ਬਾਹਰ ਅੰਦਰ ਤੋਂ ਕੋਈ ਬੱਸ ਸਵਾਰੀ ਨਹੀਂ ਚੁੱਕ ਰਹੀ, ਸਿਰਫ ਬਾਹਰ ਆਊਟਸਾਈਡ 'ਤੇ ਜਿਹੜੇ ਸਵਾਰੀਆਂ ਖੜੀਆਂ ਉਹ ਦੂਜੀ ਯਾਨੀ ਕਿ ਪ੍ਰਾਈਵੇਟ ਬੱਸਿਸ ਜਾਂ CTO ਦੀ ਬੱਸਿਸ ਦੇ ਵਿੱਚ ਜ਼ਰੂਰ ਜਾਂਦੇ ਨਜ਼ਰ ਆ ਰਹੇ ਨੇ। ਅਸੀਂ ਗੱਲਬਾਤ ਵੀ ਕਰ ਲਾਂਗੇ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਲੋਕਾਂ ਦੀ ਖੱਜਲ ਖਵਾਰੀ ਨਾ ਹੋ। ਭਾਅ ਜੀ ਤੁਸੀਂ ਜਾਣਾ ਕਿੱਥੇ? ਬਟਾਲੇ ਜਾਣਾ ਜੀ ਸਰ, ਅਤੇ ਬੱਸ ਦਾ ਅਜੇ ਕੋਈ ਪਤਾ ਨਹੀਂ ਵੀ ਜਾਂ ਆ ਰਹੀ ਹੈ ਜਾਂ ਨਹੀਂ, ਕੁਛ ਨਹੀਂ ਪਤਾ, ਹਰਾਸਮੈਂਟ ਬਹੁਤ ਜ਼ਿਆਦਾ, ਖਵਾਰੀ ਹੋ ਰਹੀ ਹੈ। ਹਾਂਜੀ, ਅਤੇ ਇੱਥੋਂ ਕੋਈ ਬੱਸ ਨਹੀਂ ਮਿਲ ਰਹੀ? ਨਹੀਂ, ਪਤਾ ਨਹੀਂ ਸੀ? ਨਹੀਂ।
कोई बस नहीं मिली, जिहड़े रूटीन दे जांदे सी डेली ओह वी मिस ने, कुछ पता ही नहीं लग रहा कित्थे की है की नहीं। बहुत ज्यादा जी, बहुत ज्यादा। कई होर भी जिहड़े लोग खड़े ने, क्योंकि अंदर तो जिहड़ी पनबस या पंजाब रोडवे दी बस नहीं मिल रही है, सिर्फ बाहर तो ही। होर भी गलबात कर लांगे, क्योंकि बहुत जरूरी हो जांदा है कि लोकां दी इस टाइम लोकां दी जिहड़ी खज्जल खुआरी है ਉਹ ਜ਼ਰੂਰ ਵੱਧ ਜਾਂਦੀ ਹੈ। ਹਾਲਾਂਕਿ ਲੋਕਾਂ ਨੂੰ ਬੱਸਾਂ ਨਹੀਂ ਮਿਲ ਰਹੀਆਂ, ਜਿਸ ਕਰਕੇ ਜਿਹੜੀ ਖੱਜਲ ਖੁਆਰੀ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ। ਜਿਹੜੇ ਲੋਕ ਇੱਥੇ ਲਾਈਨਾਂ 'ਚ ਖੜੇ ਹੈ, ਕਿਉਂਕਿ ਹਜੇ ਤੱਕ ਅੰਦਰ ਤੋਂ ਕਿਸੇ ਤਰ੍ਹਾਂ ਦੀ, ਕਿਉਂਕਿ 2 ਘੰਟੇ ਦਾ ਜਾਮ ਹੈ, ਔਰ ਜਿਸ ਕਰਕੇ ਸਰ ਕਿੱਥੇ ਜਾਣਾ ਤੁਸੀਂ? ਹਾਂਜੀ, ਲੁਧਿਆਣਾ ਜੀ। ਬੱਸ ਮਿਲੀ ਹਜੇ ਤੱਕ? ਨਹੀਂ, ਆਈ ਨਹੀਂ ਹਾਲੇ ਤੱਕ, ਆ ਰਹੀ ਹੈ। ਆ ਰਹੀ ਹੈ ਬੱਸ। ਹਾਂਜੀ, ਪਤਾ ਚੱਕਾ ਜਾਮ ਹੈ। ਹਾਂਜੀ, ਚੱਕੇ ਦਾ ਪਤਾ ਨਹੀਂ, ਜਾਮ ਪਤਾ ਹੀ ਨਹੀਂ ਹੈ। ਮੈਡਮ ਕਿੱਥੇ ਜਾਣਾ ਤੁਸੀਂ? ਮੈਨੂੰ ਕੁਰਾਲੀ ਜਾਣਾ। ਬੱਸ ਮਿਲ ਗਈ ਹੈ ਅਜੇ? खज्जल खुआरी है ਉਹ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ਪੂਰਾ, ਕਿਉਂਕਿ ਕਈ ਜਿਹੜੀ ਬੱਸਿਸ ਹੈ ਉਹ ਚੱਲ ਰਹੀ ਹੈ, ਕਈ ਬੱਸਿਸ ਜਿਹੜੀ ਹੈ ਉਹ ਬੰਦ ਕੀਤੀ ਹੋਈ ਹੈ, ਪੂਰਾ ਬੱਸ ਸਟੈਂਡ ਪੂਰਾ ਬੰਦ ਕਰਕੇ ਸੜਕਾਂ ਤੇ ਜਿਹੜੀ ਪੰਜਾਬ ਰੋਡਵੇਜ਼ ਦੀ ਬੱਸਿਸ ਲਾ ਕੇ ਪੂਰਾ ਬੰਦ ਕੀਤਾ ਹੋਇਆ। ਲੇਕਿਨ ਮਿਲਾ ਜੁਲਾ ਜਿਹੜਾ ਅਸਰ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ, ਕਿਉਂਕਿ ਕਿਤੇ ਬੱਸਿਸ ਜਿਹੜੀ ਹੈ ਉਹ ਚੱਲ ਰਹੀ ਹੈ, ਕਿਤੇ ਬੰਦ ਹੈ, ਜਿਸ ਕਰਕੇ ਖੱਜਲ ਖੁਆਰੀ ਜਿਹੜੀ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਹੀ। ਮੋਹਾਲੀ ਤੋਂ ਕੈਮਰਾਮੈਨ ਸੁਖਜਿੰਦਰ ਸਿੰਘ ਨਾਲ ਮਨੋਜ ਰਾਠੀ, ਬੀਜੇਡੀ।